ਤੇ ਸਾਧ ਸੰਗਤ ਜੀ ਜਦੋਂ ਵੀ ਨਦੀ ਦੇ ਵਿੱਚੋਂ ਚੁੱਪੀ ਲਾਉਣ ਤੋਂ ਬਾਅਦ ਜਦੋਂ ਬਾਹਰ ਆਏ ਨੇ ਤਾਂ ਇਸ ਪੂਰੀ ਲਕਾਈ ਨੂੰ ਪਹਿਲੀ ਵਾਰੀ ਮੂਲ ਦੇ ਨਾਲ ਦਾ ਹੋਕਾ ਦਿੱਤਾ ਮੂਲ ਮੰਤਰ ਦੁਆਰਾ ਤੇ ਆਖਿਆ ਇੱਕ ਇਹ ਜੋ ਮੂਲ ਮੰਤਰ ਹੈ ਨਾ ਇਹ ਸਾਡੇ ਮੂਲ ਦੀ ਸ਼ਨਾਖਤ ਹੈ ਕਿ ਸਾਡਾ
ਕਿਉਂਕਿ ਨਾ ਹੀ ਕੋਈ ਉਹਦੇ ਬਰਾਬਰ ਦਾ ਹੈ ਤੇ ਨਾ ਹੀ ਉਹਦੇ ਅੱਗੇ ਕੋਈ ਅੱਜ ਸੁਲਝਿਆ ਰਹੱਸ ਹੈ। ਇੱਥੇ ਅਸੀਂ ਉਹਨੇ ਵਿੱਚ ਸਾਡਾ ਇੱਕ ਦੂਜੇ ਤੋਂ ਪੜਦਾ ਹੈਗਾ ਹੈ, ਅਸੀਂ ਢੱਕ ਲੈਂਦੇ ਹਾਂ, ਪਰ ਉਸ ਹਸਤੀ ਦੇ ਅੱਗੇ ਕੋਈ ਅੜ ਸੁਲਝਿਆ ਦਾ ਹੱਸ ਨਹੀਂ, ਕਿਉਂਕਿ ਇਸ ਸਭ ਨੂੰ ਬਣਾਉਣ ਵਾਲਾ ਉਹ ਮਾਲਕ ਸਤਿ ਸ੍ਰੀ ਅਕਾਲ ਪੁਰਖ ਹੀ ਹੈ। ਉਹਨੇ ਤੇ ਸਭ ਕੁਝ ਬਣਾਇਆ ਤੇ ਜਿਹੜਾ ਬਣਾਉਣ ਵਾਲਾ ਹੁੰਦਾ, ਜਿਹੜਾ ਕਰਤਾ ਹੁੰਦਾ ਹੈ, ਤਾਂ ਸਾਧ ਸੰਗਤ ਜੀ ਉਹ ਸਾਰੀਆਂ ਬਰੀਕੀਆਂ ਨੂੰ ਜਾਣਦਾ ਹੁੰਦਾ, ਉਹਦੇ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ। ਉਹ ਨਿਰਵੈਰ ਪੁਰਖ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਅਸੀਂ ਇੱਥੇ ਤੱਕਦੇ ਹਾਂ ਨਾ ਕਿ ਇਹ ਮੇਰਾ ਆਪਣਾ ਹੈ, ਇਹ ਮੇਰਾ ਪਰਾਇਆ ਹੈ, ਇਹ ਬੇਗਾਨਾ ਹੈ, ਇਹਦੇ 'ਚ ਆਹ ਔਗਣ ਨੇ, ਇਹਦੇ 'ਚ ਆਹ ਚੀਜ਼ਾਂ ਨੇ। ਅਸੀਂ ਤੱਕਦੇ ਹਾਂ, ਅਸੀਂ ਲੱਭਦੇ ਹਾਂ ਸਾਡਾ ਸਦਾ, ਪਰ ਉਹ ਨਿਰਵੈਰ ਪੁਰਖ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਤੇ ਉਹਦੀ ਮੂਰਤ ਵੀ ਅਕਾਲ ਹੈ, ਰੂਪ ਦਾ ਰੇਖ ਦਾ ਰੰਗ ਕਿਸ਼ਰਹਿ ਦੇ ਪ੍ਰਗਟ, ਉਹ ਅਕਾਲ ਮੂਰਤ ਹੈ। ਇੱਥੇ ਉਹਨਾਂ ਸਾਨੂੰ ਇੱਕ ਖਾਸ ਪਹਿਚਾਣ ਕਰਾਈ ਹੈ ਕਿ ਉਹਦੀ ਇਹ ਵਿਲੱਖਣਤਾ ਹੈ ਕਿ ਉਹਦੀ ਮੂਰਤ ਅਕਾਲ ਹੈ। ਉਹ ਇਹਨਾਂ ਸ਼ਕਲਾਂ ਨਾਵਾਂ ਸਰੀਰਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਭਰੇ ਹੈ, ਉਹ ਗੁਣ ਦਾ ਸਰੂਪ ਹਸਤੀ ਹੈ, ਉਹ ਗੁਣਾਂ ਦਾ ਸੋਨਾ ਹੈ, ਉਹਦੀ ਮੂਰਤ ਅਕਾਲ ਹੈ। ਤੇ ਸਾਧ ਸੰਗਤ ਜੀ ਉਹ ਕਿਸੇ ਵੀ ਜੂਨ ਵਿੱਚ ਨਹੀਂ ਹੁੰਦਾ, ਕਿਉਂਕਿ ਉਹ ਕਿਸੇ ਦਾ ਜੰਮਿਆ ਜਾਇਆ ਨਹੀਂ, ਉਹ ਖੁਦ ਤੋਂ ਆਪੇ ਤੋਂ ਪ੍ਰਗਟ ਹੈ। ਅਸੀਂ ਇੱਥੇ ਜੂਨਾਂ ਵਿੱਚ ਆਉਂਦੇ ਹਾਂ ਜਾਂਦੇ ਹਾਂ, ਪਰ ਉਹ ਮਾਲਕ ਸਤਿ ਸ੍ਰੀ ਅਕਾਲ ਪੁਰਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਭਰੇ, ਉਹ ਅਜਨਮਾ ਪੁਰਖ ਹੈ, ਤੇ ਉਹਦੇ ਤੇ ਸਮੇਂ ਦਾ ਵੀ ਕੋਈ ਪ੍ਰਭਾਵ ਨਹੀਂ ਹੈ, ਬਲਕਿ ਸਮਾਂ ਉਸਦੇ ਅੱਗੇ। ਤੇ ਇੱਥੇ ਜਿਹੜੀ ਵੀ ਸਮੇਂ ਦੀ ਚੀਜ਼ ਹੈ ਉਹ ਸਾਰੀ ਉਪਜਦੀ ਹੈ, ਉਹ ਬਣਦੀ ਹੈ, ਪਰ ਇਹ ਉਸ ਮਾਲਕ ਸਤਿ ਸ੍ਰੀ ਅਕਾਲ ਪੁਰਖ ਦੀ ਵਿਲੱਖਣਤਾ ਹੈ ਕਿ ਉਹ ਖੁਦ ਤੋਂ ਆਪਣੇ ਤੋਂ ਪ੍ਰਕਾਸ਼ਮਾਨ ਹੈ ਤੇ ਉਹ ਪ੍ਰਗਟ ਰੂਪ ਹੈ।